ਹਾਂਜੀ ਦੋਸਤੋ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਦੇ ਮੈਚ ਅੱਜ 18 ਮਾਰਚ 2024 ਦਿਨ ਸੋਮਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਤਾਂ ਦੋਸਤੋ ਅੱਜ 16 ਜਗ੍ਹਾ ਤੇ ਕਬੱਡੀ ਦੇ ਮੈਚ ਹੋ ਰਹੇ ਆ ਤੇ ਵੀਡੀਓ ਦੇ ਐਂਡ ਤੇ ਆਪ ਨੂੰ ਅੱਜ ਵੱਡੇ ਵੱਡੇ ਕਬੱਡੀ ਕੱਪਾਂ ਦੀ ਜਾਣਕਾਰੀ ਦੇਵਾਂਗੇ ਇਸ ਲਈ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਦੇ ਰਹਿਣਾ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਕਰ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤੇ ਜਿਹੜੇ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਜਿਹੜੇ ਭਰਾ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ ਦੇ ਜ਼ਰੀਏ ਦੇਖ ਰਹੇ ਆ ਤਾਂ ਉਹ ਆਪਣੇ ਫੇਸਬੁੱਕ ਪੇਜ ਕਬੱਡੀ 105 ਨੂੰ ਲਾਈਕ ਅਤੇ ਫਾਲੋਵ ਜ਼ਰੂਰ ਕਰ ਲੈਣ ਤਾਂ ਆਪ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਵਾਲੇ ਵੀਡੀਓ ਤਾਂ ਦੋਸਤੋ ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪੈਂਡ ਹੋਵੇਗਾ ਸੇ ਲੁਧਿਆਣਾ ਨੇੜੇ ਖੰਨਾ ਇੱਥੇ ਕਬੱਡੀ ਓਪਨ ਦੀਆਂ ਸੱਦੀਆਂ ਹੋਈਆਂ 8 ਕਲੱਬਾਂ ਖੇਡਣਗੀਆਂ ਤੇ ਪਹਿਲਾ ਇਨਾਮ 1 ਲੱਖਾ ਦੂਜਾ ਇਨਾਮ 75000 ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਹਦਾ ਲਾਈਵ ਚੱਲੇਗਾ ਕਬੱਡੀ ਜਗਸਨ ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਇਹ ਮੈਚ ਕਰਵਾਏ ਜਾਣਗੇ ਪਿੰਡ ਦਾਖਾ ਜ਼ਿਲ੍ਹਾ ਲੁਧਿਆਣਾ ਇੱਥੇ ਦੋਸਤੋ ਅੱਜ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਹੋਣਗੇ ਤਿੰਨ ਖਿਡਾਰੀ ਬਰੋਂ ਖੇਡਣਗੇ ਪਹਿਲਾ ਇਨਾਮ 1 ਲੱਖ ਰੁਪਏ ਆ ਦੂਜਾ ਇਨਾਮ 71000 ਰੁਪਏ ਆ ਬੈਸਟ ਰੇਡਰ ਤੇ ਜੈਫ ਨੂੰ 3131000 ਰੁਪਏ ਹੋਣਗੇ ਇਸ ਦਾ ਲਾਈਵ ਚੱਲੇਗਾ ਕਬੱਡੀ 365.com ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਆ ਇਹ ਮੈਚ ਕਰਵਾਏ ਜਾਣਗੇ ਹਰਿਆਣਾ ਦੇ ਵਿੱਚ ਪਿੰਡ ਮੱਲਿਕਾ ਸਰਸਾ ਹਰਿਆਣਾ ਅਤੇ ਇੱਥੇ ਦੋਸਤੋ ਕਬੱਡੀ ਓਪਨ ਦੇ ਮੈਚ ਹੋਣਗੇ ਤਿੰਨ ਖਿਡਾਰੀ ਬਾਹਰੋਂ ਆ ਪਹਿਲਾ ਇਨਾਮ 60000 ਦੂਜਾ ਇਨਾਮ 41000 ਤੇ ਜ਼ਿਲ੍ਹਾ ਪੱਤਰ ਓਪਨ ਇੱਕ ਖਿਡਾਰੀ ਬਾਹਰੋਂ ਪਹਿਲਾ ਇਨਾਮ 12000 ਦੂਜਾ ਇਨਾਮ 8000 ਰੁਪਏ ਹੋਵੇਗਾ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਇਹ ਮੈਚ ਕਰਵਾਏ ਜਾਣਗੇ ਹਰਿਆਣੇ ਦੇ ਵਿੱਚ ਪਿੰਡ ਹੋਵੇਗਾ ਮਾਜਰਾ ਜ਼ਿਲ੍ਹਾ ਹੋਵੇਗਾ ਇਜਹਾਰ ਅਤੇ ਇੱਥੇ ਕਬੱਡੀ ਇੱਕ ਪਿੰਡ ਓਪਨ ਦੋ ਖਿਡਾਰੀ ਬਾਹਰੋਂ ਦੇ ਮੈਚ ਹੋਣਗੇ ਪਹਿਲਾ ਇਨਾਮ 71000 ਦੂਜਾ ਇਨਾਮ 52000 ਤੀਜਾ ਇਨਾਮ 31000 ਤੇ ਬੈਸਟ ਰੇਡਰ ਤੇ ਜਾਫੀ ਨੂੰ ਐਲ.ਈ.ਡੀ ਹੋਵੇਗੀ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਆ ਇਹ ਹੋਣਗੇ ਲੰਡੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇੱਥੇ ਅੱਜ ਵਜਨੀ ਕਬੱਡੀ ਦੇ ਮੈਚ ਆ ਕਬੱਡੀ 35 ਕਿਲੋਨ ਰੋਲ ਤੇ ਕਬੱਡੀ 45 ਕਿਲੋਨ ਰੋਲ ਦੇ ਮੈਚ ਹੋ ਰਹੇ ਆ ਤੇ ਲਾਈਵ ਚੱਲ ਸਕਦਾ ਕਬੱਡੀ ਟੀਵੀ ਦੇ ਜ਼ਰੀਏ ਐਸ ਕੋ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਇਹ ਕਰਵਾਏ ਜਾਣਗੇ ਪਿੰਡ ਦੋਦਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਇੱਥੇ ਕਬੱਡੀ ਓਪਨ ਦੇ ਮੈਚ ਹੋ ਰਿਹਾ ਤਿੰਨ ਖਿਡਾਰੀ ਬਾਹਰੋਂ ਆ ਪਹਿਲਾ ਇਨਾਮ ਹੋਵੇਗਾ 1 ਲੱਖ ਰੁਪਏ ਦੂਜਾ ਇਨਾਮ ਹੋਵੇਗਾ 71000 ਰੁਪਏ ਬੈਸਟ ਰਾਇਡਰ ਤੇ ਜਾਫੇ ਨੂੰ 31-31000 ਰੁਪਏ ਹੋਣਗੇ ਤੇ ਬਾਕੀ ਕਬੱਡੀ 75 ਕਿਲੋ ਦੇ ਮੈਚ ਵੀ ਹੋ ਰਹੇ ਆ 75 ਕਿਲੋ ਵਿੱਚ ਵੀ ਤਿੰਨ ਖਿਡਾਰੀ ਬਾਹਰੋਂ ਆ ਪਹਿਲਾ ਇਨਾਮ 21000 ਦੂਜਾ ਇਨਾਮ 15000 ਤੇ ਬੈਸਟ ਰੇਟਰ ਦਾ ਜਫੇ ਨੂੰ 525200 ਰੁਪਏ ਹੋਣਗੇ ਤੇ ਲਾਈਵ ਚੱਲੇਗਾ ਕਬੱਡੀ 365.com ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਕਰਵਾਏ ਜਾਣਗੇ ਪਿੰਡ ਅਬਲੂ ਖਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇੱਥੇ ਕਬੱਡੀ 75 ਕਿਲੋ ਤੇ 60 ਕਿਲੋ ਦੇ ਮੈਚ ਹੋਣਗੇ ਕਬੱਡੀ 75 ਕਿਲੋ ਦਾ ਪਹਿਲਾ ਇਨਾਮ 52000 ਦੂਜਾ ਇਨਾਮ 31003 ਖਿਡਾਰੀ ਬਾਹਰੋਂ ਤੇ ਕਬੱਡੀ 60 ਕਿਲੋ ਦਾ ਪਹਿਲਾ ਇਨਾਮ 11000 ਦੂਜਾ ਇਨਾਮ 9102 ਖਿਡਾਰੀ ਬਾਹਰੋਂ ਇਸ ਤੋਂ ਅੱਗੇ ਜਿਹੜੇ ਕਬੱ ਇਹ ਕਰਵਾਏ ਜਾਣਗੇ ਪਿੰਡ ਮੰਡੀ ਜ਼ਿਲ੍ਹਾ ਜਲੰਧਰ ਇੱਥੇ ਇੱਕ ਵੱਡੀ 42 ਕਿਲੋ 50 ਕਿਲੋ ਨਰੋਲ ਦੇ ਮੈਚ ਹੋਣਗੇ ਤੇ ਸੱਦੀਆਂ ਹੋਈਆਂ ਚਾਰ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਬਾਕੀ 100 ਮੈਚ ਹੋਵੇਗਾ ਕਬੱਡੀ 70 ਕਿਲੋ ਦਾ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਇਹ ਕਰਵਾਏ ਜਾਣਗੇ ਪਿੰਡ ਦੁੱਲਾ ਸਿੰਘ ਵਾਲਾ ਇੱਥੇ ਵੀ ਦੋਸਤੋ ਅੱਜ ਕਬੱਡੀ ਦਾ 100 ਮੈਚ ਹੋਵੇਗਾ ਸਿੱਖ ਖਾਲਸਾ ਦੁਬਲੀ ਦੀ ਟੀਮ ਅਤਿ ਦੇਸ਼ ਭਾਗਤ ਬਾਬਾ ਬਸਾਕਾ ਸਿੰਘ ਜੀ ਕਬੱਡੀ ਕਲੱਬ ਦੇਹਰ ਸਾਹਿਬ ਦੀ ਟੀਮ ਦੇ ਵਿੱਚਕਾਰ ਤੇ ਲਾਈਵ ਚੱਲੇਗਾ ਕਬੱਡੀ ਜਗਸਨ ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਆ ਇਹ ਹੋਣਗੇ ਫਿੱਡੇ ਕਲਾ ਜ਼ਿਲ੍ਹਾ ਫਰੀਦਕੋਟ ਆ ਇੱਥੇ ਕਬੱਡੀ ਓਪਨ ਦੇ ਮੈਚ ਹੋ ਰਹੇ ਆ ਇੱਕ ਖਿਡਾਰੀ ਬਾਹਰੋਂ ਆ ਪਹਿਲਾ ਇਨਾਮ 41000 ਦੂਜਾ ਇਨਾਮ 31000 ਬੈਸਟ ਰੇਡਰ ਤੇ ਜਾਰੀ ਨੂੰ 6500 ਰੁਪਏ ਹੋਵੇਗਾ ਤੇ ਬਾਕੀ ਕਬੱਡੀ 65 ਕਿਲੋ ਦੇ ਮੈਚ ਵੀ ਹੋਣਗੇ ਦੋ ਖਿਡਾਰੀ ਬਾਹਰੋਂ ਆ ਪਹਿਲਾ ਇਨਾਮ 12000 ਦੂਜਾ ਇਨਾਮ 7100 ਰੁਪਏ ਤੇ ਲਾਈਵ ਚੱਲੇਗਾ ਕਬੱਡੀ ਟੀਵੀ ਦੇ ਜ਼ਰੀਏ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਇੱਥੇ ਅੱਜ ਕਬੱਡੀ 57 ਕਿਲੋ ਦੇ ਮੈਚ ਕਰਵਾਏ ਜਾਣਗੇ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਸਹਿਬਾਜਪੁਰ ਜ਼ਿਲ੍ਹਾ ਤਰਨਤਾਰਨ ਸਾਹਿਬ ਇੱਥੇ ਵੀ ਦੋਸਤੋ ਅੱਜ ਕਬੱਡੀ ਦਾ 100 ਮੈਚ ਹੋ ਰਿਹਾ ਕ੍ਰਿਹਾਲਾ ਤੇ ਸਹਿਬਾਜਪੁਰ ਦੀ ਟੀਮ ਦੇ ਵਿਚਕਾਰ ਇਸ ਤੋਂ ਅੱਗੇ ਦੋਸਤੋ ਅੱਜ ਵੱਡਾ ਕਬੱਡੀ ਕੱਪ ਹੋਵੇਗਾ ਪਿੰਡ ਕਵਾਲੀ ਜ਼ਿਲ੍ਹਾ ਮਹਾਲੀ ਨੇੜੇ 에어ਪੋਰਟ ਆ ਇੱਥੇ ਦੋਸਤੋ ਪਹਿਲਾ ਇਨਾਮ 1 ਲੱਖ 11111 ਰੁਪਏ ਤੇ ਦੂਜਾ ਇਨਾਮ 77777 ਰੁਪਏ ਤੇ ਬੈਸਟਾਂ ਨੂੰ 6666 ਰੁਪਏ ਹੋਣਗੇ ਲਾਈਵ ਚੱਲੇਗਾ ਕਬੱਡੀ 365.com ਦੇ ਜ਼ਰੀਏ ਇਸ ਤੋਂ ਅੱਗੇ ਦੋਸਤੋ ਕਬੱਡੀ ਦੇ ਮੈਚ ਹੋਣਗੇ ਪਿੰਡ ਨਲਮਨਕ ਜਲੰਧਰ ਇੱਥੇ ਵੀ ਬਹੁਤ ਵੱਡਾ ਕਬੱਡੀ ਕੱਪ ਹੋ ਰਿਹਾ ਅੱਜ ਕਬੱਡੀ ਆਲ ਓਪਨ ਪਹਿਲਾ ਇਨਾਮ 1 ਲੱਖ ਦੂਜਾ ਇਨਾਮ 77000 ਤੇ ਕਬੱਡੀ ਓਪਨ ਰੋਲ ਪੈਡ ਪੱਦਰ ਪਹਿਲਾ ਇਨਾਮ 20000 ਦੂਜਾ ਇਨਾਮ 15000 ਸੱਦੀਆਂ ਹੋਈਆਂ ਚਾਰ ਟੀਮਾਂ ਅਤੇ ਦੋਸਤੋ ਇੱਥੇ ਕਬੱਡੀ 70 ਕਿਲੋ ਅਨਰੋਲ ਪੈਂਡਵਾਰ ਦੇ ਮੈਚ ਵੀ ਕਰਵਾਏ ਜਾਣਗੇ ਲਾਈਵ ਚੱਲੇਗਾ ਕਬੱਡੀ 365.com ਦੇ ਜ਼ਰੀਏ 50 ਕਿਲੋ ਬੱਚਿਆਂ ਦਾ 100 ਮੈਚ ਵੀ ਇੱਥੇ ਕਰਵਾਇਆ ਜਾਵੇਗਾ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਮੈਚ ਕਰਵਾਏ ਜਾਣਗੇ ਪ੍ਰਿੰਟ ਹੋਵੇਗਾ ਨੂਰਪੁਰਾ ਜ਼ਿਲ੍ਹਾ ਲੁਧਿਆਣਾ ਇੱਥੇ ਵੀ ਕਬੱਡੀ ਓਪਨ ਦੇ ਮੈਚ ਆ ਪਹਿਲਾ ਇਨਾਮ 61000 ਦੂਜਾ ਇਨਾਮ 52000 ਤੇ ਬੈਸਟ ਰੀਡਰ ਤੇ ਜਾ ਕੇ ਨੂੰ ਦੋਸਤੋ ਇੱਥੇ ਜਿਹੜੇ ਇਨਾਮ ਦਿੱਤੇ ਜਾ ਰਹੇ ਆ ਉਹ ਹੋਣਗੇ 11000 ਰੁਪਏ ਤੇ ਬਾਕੀ ਕਬੱਡੀ 70 ਕਿਲੋ ਦੇ ਮੈਚ ਵੀ ਹੋਣਗੇ 70 ਕਿਲੋ ਦਾ ਪਹਿਲਾ ਇਨਾਮ 11000 ਦੂਜਾ ਇਨਾਮ 15000 ਤੇ ਬੈਸਟ ਨੂੰ 30 3000 ਰੁਪਏ ਆ ਲਾਈਵ ਚੱਲੇਗਾ 1 2 3 11 ਦੇ ذریعے ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਪਿੰਡਸ ਸਪਾਲੀ ਜ਼ਿਲ੍ਹਾ ਮਾਨਸਾ ਇੱਥੇ ਅੱਜ ਵਜਨੀ ਕਬੱਡੀ ਦੇ ਮੈਚ ਆ ਕਬੱਡੀ 50 ਕਿਲੋ ਦੇ ਪਹਿਲਾ ਇਨਾਮ 9500 ਦੂਜਾ ਇਨਾਮ 450 ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਬਹੁਤ ਸਾਰੇ ਕਬੱਡੀ ਦੇ ਮੈਚ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਅੱਗੇ ਸ਼ੇਅਰ ਜ਼ਰੂਰ ਕਰਨਾ